ਸਟਾਰ ਹੁੰਦਾ ਆ ਉਹ ਕਹਿ ਦੇਵੇ ਚੈਨਲ ਸਬਸਕ੍ਰਾਈਬ ਕਰਨ ਨੂੰ ਤਾਂ ਉਹਦੇ ਹਜ਼ਾਰਾਂ 'ਚ ਹੋ ਜਾਂਦੇ ਲੱਖਾਂ 'ਚ ਹੋ ਜਾਂਦੇ ਸਾਡੇ ਵਰਗੇ ਕਹਿ ਦੇਵੇ ਕਰਦਾ ਹੀ ਨਹੀਂ ਕੀਤੇ ਵੀ ਅਨਸਬਸਕ੍ਰਾਈਬ ਕਰੀ ਜਾਂਦੇ ਆ ਕਿਆ ਕਹੀਏ ਯਾਰ ਵੀਰਾਂ ਤੁਹਾਨੂੰ ਮਰਜ਼ੀ ਹੈ ਤੁਹਾਡੀ ਯਾਰ ਮੇਰੀ ਜਗ੍ਹਾ ਕੋਈ ਸਿੰਗਰ ਜਾਂ ਕੋਈ ਟਿਕਟੋਕ ਕਰ ਜਾਂ ਕੋਈ ਇੰਸਟਾਗ੍ਰਾਮ ਸਟੋਰੀ ਵਾਲਾ ਕਰੈਕਟਰ ਕਹਿੰਦੇ ਹੁੰਦਾ ਨਾ ਸਬਸਕ੍ਰਾਈਬ ਕਰਨ ਵੇਲੇ ਹੁਣ ਤਾਂ 2000 ਟੱਪ ਜਾਣੇ ਸੀਗੇ ਆਪਣੇ ਹਾਲੇ 500 ਵੀ ਨਹੀਂ ਕੰਪਲੀਟ ਹੋਏ ਮਰਜ਼ੀ ਹੈ ਜੀ ਕਿਆ ਕਹਿ ਸਕਦੇ ਹਾਂ ਪਾਸ ਸੁੱਤਾ ਨਹੀਂ ਹੁੰਦਾ ਆ ਜਦੋਂ ਬੰਦਾ ਕੰਮ ਕੁੰਮ 'ਚ ਬਿਜ਼ੀ ਰਹਿੰਦਾ ਆ ਤਾਂ ਟਾਈਮ ਪਾਸ ਹੋਈ ਜਾਂਦਾ ਦਿਨ ਦਾ ਪਤਾ ਨਹੀਂ ਲੱਗਦਾ ਹੁਣ ਆ ਵਾਢੀਆਂ ਦੇ ਨਾਲ ਥੋੜ੍ਹੇ ਕੰਮ ਕਾਰ ਵੀ ਢਿੱਲੇ ਹੁੰਦੇ ਆ ਵਿਹਲੇ ਸੀਗੇ ਮੈਂ ਚਲੋ ਅੱਜ ਗੱਡੀ ਆਪੇ ਧੋ ਲੈਂਦੇ ਹਾਂ ਅੱਗੇ ਸ਼ਹਿਰ ਤੋਂ ਆਈਦੀ ਆ ਤਾਂ ਗੱਡੀ ਦਾ ਹਾਲ ਬਹੁਤ ਮਾੜਾ ਪਿਆ ਹਾਲ ਦੇਖ ਸਕਦੇ ਤੁਸੀਂ ਗਾਈਸ ਗੱਡੀ ਦਾ ਹਾਲ ਦੇਖੋ ਮਿੱਟੀ ਧੂੜ ਪੂਰੀ ਪਈ ਵੀ ਆ ਉੱਪਰ ਇਹਦੇ ਅਤੇ ਜ਼ਿਆਦਾ ਮਾੜਾ ਹਾਲ ਹੋਇਆ ਵਾ ਮੈਂ ਚਲੋ ਧੋ ਦਿੰਦੇ ਹਾਂ ਮਿੱਟੀ ਤੁਹਾਨੂੰ ਸ਼ਾਇਦ ਕੈਮਰੇ 'ਚ ਦਿਖਦੀ ਨਹੀਂ ਹੋਣੀ ਦੇਖੋ ਮਿੱਟੀ ਕਣਕ ਵਾਢੀਆਂ ਚੱਲਦੀਆਂ ਨੇ ਵਾਢੀਆਂ ਕਰਕੇ ਮਿੱਟ ਪੈਂਦਾ ਬਹੁਤ ਆ ਦੇਖੋ ਛੱਤ ਦੇ ਉੱਪਰ ਬਹੁਤ ਮਾੜਾ ਹਾਲ ਆ ਕਣਕ ਦੀਆਂ ਵਾਢੀਆਂ ਨਾਲ ਨਾ ਹਾਲ ਇੰਨਾ ਕੁ ਮਾੜਾ ਹੋਇਆ ਵਾ ਹਾਲੇ ਸਿਰਫ 3-4 ਦਿਨ ਹੋਏ ਗੱਡੀ ਧਵਾਈ ਨੂੰ ਆਹ 3-4 ਦਿਨਾਂ 'ਚ ਇੰਨੀ ਗੰਦੀ ਹੋਈ ਗੱਡੀ ਹੁਣ ਇਹਨੂੰ ਪੂਰੇ 2-2.5 ਘੰਟੇ ਲੱਗਣੇ ਆ ਪਹਿਲਾਂ ਘੰਟਾ ਅੱਧਾ ਘੰਟਾ ਲਾਉਣਾ ਮਿੱਟੀ ਮੁੱਟੀ ਲਾਉਣ ਨੂੰ ਸਾਫ਼ ਕਰਨ ਨੂੰ ਅਤੇ ਫਿਰ ਸ਼ੈਂਪੂ ਸ਼ੂੰਪੂ ਮਾਰਨ ਨੂੰ ਘੰਟਾ ਲੱਗ ਜਾਣਾ ਫਿਰ ਸੁਕਾਉਣ ਨੂੰ ਅੱਧਾ ਘੰਟਾ ਲੱਗ ਜਾਣਾ ਜਾਣੀ 3 ਕੁ ਘੰਟੇ ਲੱਗ ਜਾਂਦੇ ਆ ਜੇ ਆਪ ਧੋਣੀ ਗੱਡੀਆਂ ਨੇ ਵਧੀਆ ਢੰਗ ਨਾਲ ਮਿੱਟੀ ਦੇ ਹਨੇਰਾ ਹੋ ਜਾਂਦਾ ਮੈਨੂੰ ਲੱਗਦਾ ਗੱਡੀ ਧੋਣੇ ਨੂੰ ਉਹ ਦਿਨ ਨੂੰ ਉੱਦਾਂ ਧੋਣ ਦੇ ਲਈ ਕਰ ਧੁੱਪ ਬਹੁਤ ਹੁੰਦੀ ਆ ਗਰਮੀ 'ਚ ਉੱਦਾਂ ਬੰਦਾ ਹੱਫੜੇ ਰਹਿੰਦਾ ਹੈ ਟਾਇਰ ਰਹਿ ਗਏ ਬਾਕੀ ਉੱਪਰੋਂ ਸਾਰੀ ਧੋ ਗਈ ਆ ਟਾਇਰ ਰਹਿ ਗਏ ਪਰ ਗਰਮੀ ਦੇਖੋ ਜੀ ਹਾਲੇ ਤਾਂ ਸ਼ਾਮ ਆ ਸੂਰਜ ਹੈ ਨਹੀਂ ਜੇ ਸਵੇਰ ਦਾ ਟਾਈਮ ਹੁੰਦਾ ਸੋਚੋ ਕਿਆ ਹੋਣਾ ਸੀਗਾ ਧੰਦੇ ਆ ਵਿਚਾਰੇ ਕਾਰ ਵਾਸ਼ ਵਾਲੇ ਜਿਹੜੇ ਗੱਡੀਆਂ ਧੋਂਦੇ ਆ ਸਲੂਟ ਆ ਯਾਰ ਬਹੁਤ ਔਖਾ ਕੰਮ ਆ ਬਹੁਤ ਜ਼ਿਆਦਾ ਗਰਮੀ ਆ ਹੁਣ ਇਹਨੂੰ ਤਾਂ ਧੋ ਲਿਆ ਹੁਣ ਆਪਣੇ ਆਪ ਨੂੰ ਧੋਣਾ ਪੈਣਾ ਜਾਣੀ ਕਿ ਨਹਾਉਣਾ ਪੈਣਾ ਆ ਹਾਲ ਦੇ ਤੇਲ ਪਵਾਉਣਾ ਸਾਡਾ ਛੋਟਾ ਬਾਈ ਟੈਂਕੀ ਲੱਗਿਆ ਫੁੱਲ ਕਰਾਉਣ ਦੇਖਦੇ ਹਾਂ ਕਿੰਨੇ ਦੀ ਟੈਂਕੀ ਭਰਦੀ ਸਰ ਛੋਟੇ ਛੋਟੇ ਬਾਈ ਦੀ ਪਵਾ ਲਓ ਕੋਈ ਸ਼ੁਗਰ ਮਿਲ ਆਈ ਆ ਪਵਾ ਲਓ ਦੇਖਾਂ ਕਿੰਨਾ ਤੇਲ ਉਹ 105 ਰੁਪਏ ਲੀਟਰ ਹੋ ਗਿਆ ਉਹ ਤੇਰਾ 500 ਦਾ ਇਕੱਠਾ ਪਾ ਲਿਆ ਭਾਜੀ ਸੁਣ ਤਾਂ ਮੈਨੂੰ ਗਿਆ ਅਸਾਂ ਟੈਂਕੀ ਬਾਹਰ ਤਾਂ ਨਹੀਂ ਆਜੂ 500 ਨਾਲ ਵੱਧ ਜਾਣਾ ਆਹ ਮੁੰਡਾ ਬਹੁਤ ਵਧੀਆ ਆਪਣਾ ਬਹੁਤ ਸਾਊ ਆ ਮੁੰਡਾ ਕਿੰਨਾ ਪਾਇਆ ਪੂਰੇ 500 ਦਾ ਤੇਲ ਪਵਾਤਾ ਛੋਟੇ ਬਾਈ ਸਾਡੇ ਨੇ ਆਹ ਰੈਂਬੋ ਦੇ ਕੰਮ ਦੇਖ ਲਓ ਸਾਡੇ ਦੇ ਇਹਦਾ ਸੌਣ ਦਾ ਢੰਗ ਵੱਖਰਾ ਹੀ ਹੁੰਦਾ ਓਏ ਆਹ ਕਿੱਦਾਂ ਪਿਆ ਸਾਰਿਆ ਲੱਤਾਂ ਦੁਖਦੀਆਂ ਤੇਰੀਆਂ ਸਿੱਧਾ ਹੋ ਕੇ ਪੈਦਾ ਮਿਲਦੇ ਆ ਜੀ ਸ਼ਹਿਰ ਜਾ ਕੇ ਕਾਲੀਆਂ ਦੇ ਕੰਮ ਕੁੰਮ ਲਈਏ ਕਰਾ ਅੱਜ ਛੋਟੇ ਬਾਈ ਦੀਆਂ ਅੱਜ ਮੋਟਰਾਂ ਅਰੈਸਟ 'ਤੇ ਆ ਦੋਨੇ 2648 ਆਪਾਂ ਛੋਟੇ ਬਾਈ ਦੇ ਪਿੰਡ ਖੜ੍ਹੇ ਹਾਂ ਛੋਟੇ ਬਾਈ ਕੋਲ ਆਏ ਸੀਗੇ ਇੱਥੇ ਮੱਖੀਆਂ ਬਹੁਤ ਆ ਸਾਰੇ ਸ਼ਹਿਰ ਦੀਆਂ ਮੱਖੀਆਂ ਜਗਤਪੁਰ ਦੇ ਵਿੱਚ ਇਕੱਠੀਆਂ ਹੋਈਆਂ ਵਾ ਇੰਨੀਆਂ ਮੱਖੀਆਂ ਤੁਸੀਂ ਗੱਲ ਹੀ ਛੱਡ ਦਿਓ ਗੱਡੀ 'ਤੇ ਇੰਨੀਆਂ ਬੈਠਦੀਆਂ ਗੱਡੀ ਨੂੰ ਚੋਹ ਪਾ ਜਾਂਦੀਆਂ ਦਵਾਈਆਂ ਵੀ ਬਹੁਤ ਲਿਆ ਕੇ ਵਰਤੀਆਂ ਯਾਰ ਕੋਈ ਕਿਸੇ ਨੂੰ ਮੇਰੇ ਵੀਰ ਨੂੰ ਕੋਈ ਨੌਲੇਜ ਹੋਈ ਮੱਖੀਆਂ ਦੀ ਤਾਂ ਕਿੱਦਾਂ ਮੱਖੀਆਂ ਹਟ ਸਕਦੀਆਂ ਗੱਡੀ 'ਤੇ ਬੈਠਣ ਨੂੰ ਤਾਂ ਕਮੈਂਟ ਕਰਕੇ ਯਾਰ ਦੱਸਿਓ ਬਹੁਤ ਤੰਗ ਹੋਇਆ ਮੱਖੀਆਂ ਤੋਂ ਗੱਡੀ ਇੱਕ ਵਾਰ ਤੁਹਾਨੂੰ ਖੜੀ ਕਰੋ ਸਾਰੇ ਨਿਸ਼ਾਨੇ ਨਿਸ਼ਾਨ ਪਾਉਂਦੀਆਂ ਮੱਖੀਆਂ ਵਾ ਕੋਣੇ ਗੱਡੀ ਦੇ ਉੱਪਰੋਂ ਲੈਂਦੇ ਵੀ ਨਿਸ਼ਾਨ ਇੱਦਾਂ ਪਾਉਂਦੀਆਂ ਨਿਸ਼ਾਨ ਬੈਠ ਬੈਠ ਕੇ ਸ਼ੀਸ਼ੇ ਸਾਰੇ ਖਰਾਬ ਕਰ ਦਿੰਦੀਆਂ ਕੋਈ ਕਿਸੇ ਮੇਰੇ ਵੀਰ ਨੂੰ ਕੋਈ ਪਤਾ ਹੋਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਮੱਖੀਆਂ ਦੀ ਕੋਈ ਦਵਾਈ ਹੋਈ ਤਾਂ ਮੇਰਾ ਵੀਰ ਜ਼ਰੂਰ ਦੱਸਿਓ ਮੱਖੀਆਂ ਤੁਹਾਡੇ ਕਾਹਦੇ ਆਉਂਦੀਆਂ ਯਾਰ ਇਹ ਮੱਖੀਆਂ ਕਿਆ ਕਰਦੀਆਂ ਤੁਹਾਡੇ ਆਉਂਦੀਆਂ ਕਿੱਥੋਂ ਆਈ ਜਾਂਦੀਆਂ ਇਹ ਅੱਛਾ ਪੈਸੇ ਦੇ ਕੇ ਲਿਆਂਦੀਆਂ ਵਾ ਯਾਰ ਭਾਜੀ ਸੱਚੀ ਬਹੁਤ ਤੰਗ ਆਇਆ ਮੱਖੀਆਂ ਤਾਂ ਮੈਂ ਗੱਡੀ ਇੱਕ ਹੋਰ ਤਾਂ ਸਾਰੀਆਂ ਭਰਾਂ ਦੀ ਕੋਈ ਦਵਾਈ ਦਵੂਈ ਯਾਰ ਕੋਈ ਦੱਸੋ ਇਹਦੀ ਯਾਰ ਇਹ ਤੁਹਾਡੇ ਜਗਤਪੁਰ ਮੇਰੇ ਕੋਲ ਆ ਕੇ ਮੈਂ ਆ ਕੇ ਨਾਲ ਮੇਰੇ ਨਾਲ ਅੱਧੀਆਂ ਮੇਰੇ ਕੋਲ ਪਹੁੰਚ ਗਈਆਂ ਘਰੇ ਪਹੁੰਚ ਗਈਆਂ ਮੇਰੇ ਹੋਰ ਸੱਚੀ ਮੱਖੀਆਂ ਮੇਰੇ ਘਰੇ ਪਹੁੰਚ ਗਈਆਂ ਤੁਹਾਡੇ ਪਿੰਡੋਂ ਜਾਂ ਮੈਂ ਜਾਣਾ ਮੇਰੇ ਨਾਲੇ 5-7 ਚੱਲਣੀਆਂ ਸਾਰੀ ਗੱਡੀ ਮੇਰੀਆਂ ਵੀ ਇੱਦਾਂ ਭਰ ਦਿੰਦੀਆਂ ਜਿੱਦਾਂ ਤੁਹਾਡੀ ਭਰਦੀਆਂ
ਫੋਟੋ ਵੀ ਸਾਡਾ ਲੱਗਿਆ ਕਰਾਣਾ ਫੋਟੋ ਫੀਲਿੰਗ ਦੋ ਗਏ ਪੂਰੀ ਗਰਮੀ ਵਿੱਚ ਗਰਮ ਗਰਮ ਫੋਟੋ ਸਾਊ ਜਿਹਾ ਮੁੰਡਾ ਕਹਿੰਦਾ ਫੋਟੋ ਨਿਕਲਣ ਲੱਗੀ ਆਪਣੀ ਸੋਹਣੀ ਜਿਹੀ ਫੋਟੋ ਘੈਂਟ ਜੀ ਭਾਜੀ ਫੋਟੋ ਕੱਢਦੀ ਸਾਡੀ ਘੈਂਟ ਜੀ ਹੱਥ ਕਰਾ ਦਿਓ ਪੂਰੀ ਪਤਾ ਲੱਗਿਆ ਆਧਾਰ ਕਾਰਡ ਵਾਲੇ ਨੂੰ ਕੋਈ ਮੁੰਡੇ ਆਏ ਸੀਗੇ ਡਰਾਈਵਰ ਬਲਾ ਚੋਰ ਦੇ ਕੰਪਿਊਟਰ ਚ ਬੰਦਾ ਸਾਡਾ ਬੈਠਾ ਬੰਦਾ ਇਹ ਦੇਖ ਲਓ ਧਿਆਨ ਨਾਲ ਦੇਖਿਓ ਜੀ ਆ ਮੈਂ ਬੈਠਾ ਰਹੀ ਕੰਪਿਊਟਰ ਚ ਬੈਠਾ ਬੰਦਾ ਯੂਟਿਊਬ ਦੀ ਆਪਣੀ ਇਨਕਮ ਦੂਜੀ ਆ ਗਈ ਆ ਪਹਿਲੀ ਉਦੋਂ ਕਢਾ ਕੇ ਆਪਾਂ ਖਰਚ ਲਏ ਸੀਗੇ ਅੱਜ ਸੈਕਿੰਡ ਪੇਮੈਂਟ ਆ ਗਈ ਆ ਉਹ ਵੀ ਕਢਾਈਏ ਦੇਖੀਏ ਕਿੰਨੇ ਕਾਹਦੇ ਆ ਅਤੇ ਕਰੀਏ ਫਿਰ ਸ਼ੋਪਿੰਗ ਸ਼ੋਪਿੰਗ